ਡਿਫੇਮੇਸ਼ਨ ਦਾ ਕੇਸ ਮੈਂ ਪਾਇਆ ਸੀ ਮਨਜਿੰਦਰ ਸਿੰਘ ਸਿਰਸੇ ਦੇ ਉੱਤੇ, ਹਰਵੀਰ ਸਿੰਘ ਕਾਲਕਾ ਦੇ, ਜਗਦੀਪ ਸਿੰਘ ਕਾਲੋਂ। ਝੂਠ ਦਾ ਅਡੰਬਰ ਰਚਿਆ ਹੋਇਆ ਮੇਰੇ ਖਿਲਾਫ ਕਿ ਖਾ ਗਿਆ, ਲੁੱਟ ਕੇ ਲੈ ਗਿਆ, ਹਜ਼ਾਰਾਂ ਕਰੋੜ ਦੀਆਂ ਜ਼ਮੀਨਾਂ ਵੇਚ ਦਿੱਤੀਆਂ, ਪਤਾ ਨਹੀਂ ਕੀ ਕੀ ਗੋਲਕ ਦੇ ਵਿੱਚੋਂ ਕੱਢ ਕੇ ਲੈ ਗਿਆ, ਔਰ ਮੇਰੀ ਇਮੇਜ ਨੂੰ ਇਹਨਾਂ ਨੇ ਪੂਰੀ ਤਰ੍ਹਾਂ ਟਾਰਨਿਸ਼ ਕੀਤਾ। ਹਾਈ ਕੋਰਟ ਦੇ ਵਿੱਚੋਂ ਜਦੋਂ ਰਿਜੈਕਟ ਹੋਏ ਇਹਨਾਂ ਦੇ ਸਾਰੇ ਇਹਨਾਂ ਦੀ ਐਪਲੀਕੇਸ਼ਨਾਂ, ਅੱਜ ਇਹਨਾਂ ਨੂੰ ਜ਼ਮਾਨਤਾਂ ਲੈਣੀਆਂ ਪਈਆਂ। ਤਿੰਨੋਂ ਨੇ 25-25 ਹਜ਼ਾਰ ਦੀਆਂ, ਸਿਰਸਾ ਸਾਹਿਬ, ਕਾਲਕਾ ਸਾਹਿਬ ਔਰ ਕਾਲੋਂ ਸਾਹਿਬ ਨੇ ਅੱਜ ਜ਼ਮਾਨਤਾਂ ਲਈਆਂ ਔਰ ਮੇਰੇ ਬਿਆਨ ਹੋਏ ਨੇ। ਫੈਸਲਾ 6 ਮਹੀਨਿਆਂ 'ਚ ਹੋਏਗਾ ਔਰ ਮੈਨੂੰ ਉਮੀਦ ਹੈ ਮੈਨੂੰ ਇਨਸਾਫ਼ ਮਿਲੇਗਾ। ਮੇਰੇ ਖਿਲਾਫ਼ ਜੋ ਝੂਠ ਦਾ ਡੰਬਰ ਰਚਿਆ ਉਸਦਾ ਇਨਸਾਫ਼ ਜ਼ਰੂਰ ਮੈਨੂੰ ਮਿਲੇਗਾ। ਸਾਡਾ ਕੰਮ ਹੈ, ਇੱਕ ਛੋੜੋ, 10 ਮੁਕਦਮੇ ਪਾ ਲਓ ਡਿਫਰਮੇਸ਼ਨ ਦੇ, ਸਾਨੂੰ ਕੋਈ ਪਰਵਾਹ ਨਹੀਂ ਹੈ। 10 ਜਗ੍ਹਾ 'ਤੇ ਸਾਨੂੰ ਜ਼ਮਾਨਤਾਂ ਲੈਣੀਆਂ ਪੈਣ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਮਗਰ ਜਦੀ ਸੱਚਾਈ ਹੈ, ਜਦ ਸੰਗਤਾਂ ਦੇ ਸਾਹਮਣੇ ਆਏਗੀ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਮੇਰੇ 'ਤੇ ਮੁਕਦਮਾ ਪਾਇਆ ਗਿਆ, ਅਰੇ ਬਾਈ ਤੁਹਾਡੇ 'ਤੇ ਜਿਨ੍ਹਾਂ ਨੇ ਬੋਲਿਆ ਤੁਸੀਂ ਉਹਨਾਂ 'ਤੇ ਤਾਂ ਮਾਨਹਾਨੀ ਦੇ ਮੁਕਦਮੇ ਕੀਤੇ ਨਹੀਂ, ਉਹਨਾਂ ਲੋਕਾਂ ਨਾਲ ਤੁਸੀਂ ਸਾਂਝ ਪਾ ਕੇ ਬੈਠੇ ਹੋ। ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਤੁਹਾਨੂੰ ਸਰੇਆਮ ਗੋਲਕ ਦਾ ਚੋਰ ਕਿਹਾ, ਤੁਹਾਨੂੰ ਸਰਦਾਰ ਗੁਰਮੀਤ ਸਿੰਘ ਸ਼ੰਟੀ ਜਿਨ੍ਹਾਂ ਨੇ ਤੁਹਾਡੇ ਖਿਲਾਫ਼ ਮੁਕੱਦਮੇ ਪਾਏ, ਸਰਦਾਰ ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੇ ਤੁਹਾਡੇ ਖਿਲਾਫ਼ ਕੀ ਕਹਿੰਦੇ ਨੇ ਦੁਨੀਆ ਭਰ ਦੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ। ਇਹ ਡੈਫੇਮੇਸ਼ਨ ਦਾ ਕੇਸ ਮੈਂ ਪਾਇਆ ਸੀ ਮਨਜਿੰਦਰ ਸਿੰਘ ਸਿਰਸੇ ਦੇ ਉੱਤੇ, ਹਰਵੀਰ ਸਿੰਘ ਕਾਲਕਾ ਦੇ, ਜਗਦੀਪ ਸਿੰਘ ਕਾਲੋਂ। ਇਹ ਪਿਛਲੇ 2019 ਤੋਂ ਲੈ ਲਓ ਜਾਂ 18 ਅਖੀਰ ਤੋਂ ਲੈ ਲਓ, ਇੱਕ ਝੂਠ ਦਾ ਅਡੰਬਰ ਰਚਿਆ ਹੋਇਆ ਮੇਰੇ ਖਿਲਾਫ਼ ਕਿ ਖਾ ਗਿਆ, ਲੁੱਟ ਕੇ ਲੈ ਗਿਆ, ਹਜ਼ਾਰਾਂ ਕਰੋੜ ਦੀਆਂ ਜ਼ਮੀਨਾਂ ਵੇਚ ਦਿੱਤੀਆਂ, ਪਤਾ ਨਹੀਂ ਕੀ ਕੀ ਗੋਲਕ ਦੇ ਵਿੱਚੋਂ ਕੱਢ ਕੇ ਲੈ ਗਿਆ, ਔਰ ਮੇਰੀ ਇਮੇਜ ਨੂੰ ਇਹਨਾਂ ਨੇ ਪੂਰੀ ਤਰ੍ਹਾਂ ਟਾਰਨਿਸ਼ ਕੀਤਾ। ਮੈਂ ਡੈਫੇਮੇਸ਼ਨ ਦਾ ਕੇਸ ਪਾਇਆ ਕਿਉਂਕਿ ਇਹ ਸਾਰੀ ਬਕਵਾਸ ਜਿਹੜੀ ਸੀ ਬਗੈਰ ਤੱਥਾਂ ਤੋਂ ਸੀ, ਕੋਈ ਸਬੂਤ ਕਿਸੇ ਕੋਲ ਨਹੀਂ, ਲੇਕਿਨ ਦੁਨੀਆ ਦੇ ਵਿੱਚ ਇੱਕ ਐਸਾ ਮਾਹੌਲ ਬਣਾ ਦਿੱਤਾ ਕਿ ਮਨਜੀਤ ਸਿੰਘ ਜਿਹੜਾ ਉਹ ਪਤਾ ਨਹੀਂ ਕੀ ਕੱਢ ਕੇ ਲੈ ਗਿਆ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ, ਮੈਨੂੰ ਅੱਜ ਤੱਕ ਇੱਕ ਬੰਦਾ ਦੱਸ ਦਿਓ ਜਿਹਨੇ ਕੁਰਸੀ 'ਤੇ ਬੈਠੇ ਨੇ ਅਸਤੀਫਾ ਦਿੱਤਾ ਹੋਵੇ ਇਲਜ਼ਾਮ ਲੱਗਣ 'ਤੇ। ਅੱਜ ਇੰਨੇ ਸਾਲ ਹੋ ਗਏ, ਕੁਛ ਸਾਬਤ ਹੋਇਆ? ਇਹ ਝੂਠ ਬੋਲਦੇ ਚਲੇ ਗਏ, ਇਹ ਲਗਾਤਾਰ ਝੂਠ ਬੋਲਦੇ ਚਲੇ ਗਏ ਔਰ ਅੱਜ ਵੀ ਝੂਠ ਬੋਲਦੇ ਨੇ, ਅੱਜ ਵੀ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ। ਲੇਕਿਨ ਇਹ ਮੇਰੇ ਕੇਸ ਦੇ ਵਿੱਚ ਜਦੋਂ ਮੈਂ ਇਹਨਾਂ ਦੇ ਉੱਤੇ ਡੈਫੇਮੇਸ਼ਨ ਪਾਇਆ, ਡੈਫੇਮੇਸ਼ਨ ਪਾਉਣ ਤੋਂ ਬਾਅਦ ਕਦੀ ਇਹ ਮੈਜਿਸਟ੍ਰੇਟ ਦੀ ਕੋਰਟ 'ਚ, ਕਦੀ ਇਹ ਸੈਸ਼ਨ ਕੋਰਟ 'ਚ, 3 ਦਫ਼ਾ ਹਾਈ ਕੋਰਟ ਗਏ ਨੇ, ਭੱਜਦੇ ਰਹੇ ਕਿ ਜ਼ਮਾਨਤਾਂ ਨਾ ਲੈਣੀਆਂ ਪੈਣ, ਭੱਜਦੇ ਰਹੇ ਕਿ ਸਾਡੇ ਜਿਹੜੇ ਸੰਮਣ ਹੋਏ ਨੇ ਉਹ ਕੈਂਸਲ ਕਰ ਦਿੱਤੇ ਜਾਣ, ਲੇਕਿਨ ਇਹਨਾਂ ਨੂੰ ਕਿਤੋਂ ਰਾਹ ਨਹੀਂ ਮਿਲਿਆ। ਕਿਉਂ? ਕਿਉਂਕਿ ਇਹ ਬਗੈਰ ਤੱਥਾਂ ਤੋਂ ਔਰ ਝੂਠ ਦਾ ਨੰਬਰ ਰਚਿਆ ਸੀਗਾ। ਅੱਜ ਜਿਹੜੀ ਰਾਊਜ਼ ਐਵਨਿਊ ਕੋਰਟ ਹੈ, ਹਾਈ ਕੋਰਟ ਦੇ ਵਿੱਚੋਂ ਜਦੋਂ ਰਿਜੈਕਟ ਹੋਏ ਇਹਨਾਂ ਦੇ ਸਾਰੇ ਇਹਨਾਂ ਦੀਆਂ ਐਪਲੀਕੇਸ਼ਨਾਂ, ਅੱਜ ਇਹਨਾਂ ਨੂੰ ਜ਼ਮਾਨਤਾਂ ਲੈਣੀਆਂ ਪਈਆਂ। ਤਿੰਨੋਂ ਨੇ 25-25 ਹਜ਼ਾਰ ਦੀਆਂ, ਸਿਰਸਾ ਸਾਹਿਬ, ਕਾਲਕਾ ਸਾਹਿਬ ਔਰ ਕਾਲੋਂ ਸਾਹਿਬ ਨੇ ਅੱਜ ਜ਼ਮਾਨਤਾਂ ਲਈਆਂ ਔਰ ਮੇਰੇ ਬਿਆਨ ਹੋਏ ਨੇ, ਔਰ ਹੁਣ ਇਹ ਕੇਸ ਅੱਗੇ ਚੱਲੇਗਾ। ਔਰ ਜਿਹੜਾ ਇਹ ਚਾਹੁੰਦੇ ਸੀਗੇ ਕਿ ਅਸੀਂ ਕਿਸੇ ਤਰੀਕੇ ਅਸੀਂ MLA MP ਕੋਰਟ ਦੇ ਵਿੱਚੋਂ ਦੀ ਕੱਢ ਕੇ ਇਸ ਨੂੰ ਠੰਡੇ ਬਸਤੇ 'ਚ ਪਾ ਦਈਏ, ਦੂਜੀ ਕੋਰਟਾਂ 'ਚ ਲੈ ਜਾਈਏ ਜਿੱਥੇ 10-10 ਸਾਲ ਫੈਸਲੇ ਨਹੀਂ ਹੁੰਦੇ, ਇਸ ਕੇਸ ਦਾ ਫੈਸਲਾ 6 ਮਹੀਨਿਆਂ 'ਚ ਹੋਏਗਾ ਔਰ ਮੈਨੂੰ ਉਮੀਦ ਹੈ ਮੈਨੂੰ ਇਨਸਾਫ਼ ਮਿਲੇਗਾ। ਮੇਰੇ ਖਿਲਾਫ਼ ਜੋ ਝੂਠ ਦਾ ਡੰਬਰ ਰਚਿਆ ਉਸਦਾ ਇਨਸਾਫ਼ ਜ਼ਰੂਰ ਮੈਨੂੰ ਮਿਲੇਗਾ, ਔਰ ਲੋਕਾਂ ਨੂੰ ਵੀ ਇਹ ਕਲੀਅਰ ਹੋ ਜਾਏਗਾ ਕਿ ਕੀ ਸੱਚ ਸੀ ਔਰ ਕੀ ਝੂਠ ਸੀ। ਔਰ ਮੇਰੇ ਨਾਲ ਮੇਰੇ ਐਡਵੋਕੇਟ ਕੀ ਮਾਇਨੇ ਹੈ? ਕੇਸ ਸ਼ੁਰੂ ਹੋ ਗਿਆ, ਕੇਸ ਸ਼ੁਰੂ ਹੋ ਗਿਆ ਡੈਫੇਮੇਸ਼ਨ ਦਾ। ਅੱਜ ਦੀ ਡੇਟ 'ਚ ਵਿਟਨੈਸਿਸ ਹੋ ਚੁੱਕੇ ਨੇ, ਪ੍ਰੀ ਸਮਨਿੰਗ ਐਵੀਡੈਂਸ, ਕਿਉਂਕਿ ਜਿਹੜਾ ਡੈਫੇਮੇਸ਼ਨ ਦਾ ਕੇਸ ਹੈ, ਕੋਰਟ ਨੋਟਿਸ ਇਸ਼ੂ ਕਰਨ ਤੋਂ ਪਹਿਲਾਂ, ਜ਼ਮਾਨਤਾਂ ਦੇਣ ਤੋਂ ਪਹਿਲਾਂ ਬਹੁਤ ਹੀ ਗੰਭੀਰ ਰੂਪ ਦੇ ਵਿੱਚ ਕੇਸ ਨੂੰ ਪਰਖਦਾ ਕਿ ਕੇਸ ਬਣਦਾ ਵੀ ਹੈ ਜਾਂ ਨਹੀਂ। ਤਾਂ ਇਹਨਾਂ ਨੇ 5 ਕੋਰਟ ਉੱਤੇ ਦੇ 5 ਵਾਰੀ ਦਰਵਾਜ਼ੇ ਖੜਕਾਏ ਨੇ, ਹਰੇਕ ਕੋਰਟ ਨੇ ਇਹਨਾਂ ਦੇ ਦਸਤਖਤ ਨੂੰ ਮਨ੍ਹਾ ਕੀਤਾ ਕਿ ਵੀ ਨਹੀਂ ਤੁਸੀਂ ਥੱਲੇ ਜਾ ਕੇ ਟ੍ਰਾਇਲ ਫੇਸ ਕਰੋ। ਅਤੇ ਹੁਣ ਅੱਜ ਇਹਨਾਂ ਨੂੰ ਜ਼ਮਾਨਤਾਂ ਲੈ ਕੇ ਟ੍ਰਾਇਲ ਫੇਸ ਕਰਨਾ ਪੈ ਰਿਹਾ। ਇਹਦੇ ਮਾਇਨੇ ਇਹ ਨੇ ਕਿ ਵੀ ਜਿਹੜੀ ਇੰਨੀ ਦੇਰ ਤੋਂ ਇੱਕ ਚੀਜ਼ ਚੱਲ ਰਹੀ ਸੀ, ਇੱਕ ਬਿਨਾਂ ਤੱਥ ਤੋਂ, ਬਿਨਾਂ ਸਬੂਤ ਤੋਂ, ਕੋਈ ਵੀ ਚੀਜ਼ ਅੱਜ ਤੱਕ ਇਹ ਪ੍ਰੂਫ ਨਹੀਂ ਕਰ ਸਕੇ। ਈਵਨ ਜਿਹੜੀਆਂ ਉਤਲੀਆਂ 5 ਕੋਰਟਾਂ 'ਚ ਵੀ ਗਏ ਨੇ, ਉਹਦੇ ਵਿੱਚ ਵੀ ਇਹਨਾਂ ਨੇ ਇਸ ਜਿਹੜਾ ਸਾਡਾ ਕੇਸ ਹੈ ਉਹਦੀ ਕਰੈਕਟਨੈਸ ਨੂੰ ਨਹੀਂ ਚੱਕਿਆ। ਕਿਉਂ? ਕਿਉਂਕਿ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਹੈ, ਅੱਜ ਤੱਕ ਕੋਈ ਪ੍ਰੂਫ ਨਹੀਂ ਫਾਈਲ ਹੋਇਆ। ਅਤੇ ਜ਼ਮਾਨਤ ਦੇਣ ਲੈਣ ਦਾ ਮਤਲਬ ਇਹ ਹੈ
ਕਿ ਹੁਣ ਇਹ ਕਿਤੇ ਵੀ ਜਾਣਗੇ ਟਰੈਵਲ ਕਰਨਗੇ, ਕੋਰਟ ਨੇ ਇਹਨਾਂ ਨੂੰ ਬਾਊਂਡ ਕੀਤਾ ਕਿ ਵੀ ਤੁਸੀਂ ਇਸ ਮੁਕੱਦਮੇ ਦੇ ਵਿੱਚ ਤੁਸੀਂ ਆਉਣਾ, ਪੇਸ਼ ਹੋਣਾ, ਅਤੇ ਜੇ ਕਿਤੇ ਬਾਹਰ ਟਰੈਵਲ ਕਰਨਾ ਜਾਂ ਉਸ ਦਿਨ ਨਹੀਂ ਅਵੇਲੇਬਲ ਹੈਗੇ ਤਾਂ ਤੁਸੀਂ ਕੋਰਟ ਦੀ ਪਰਮਿਸ਼ਨ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ। ਅਤੇ ਇਹ ਇੱਕ ਬਹੁਤ ਵੱਡੀ ਜਿੱਤ ਹੈ ਕਿ ਪ੍ਰਾਈਮਾ ਫੇਸਾ ਹੀ ਕੋਰਟ ਨੇ ਇਹ ਚੀਜ਼ ਪਾਈ ਹੈ ਕਿ ਵੀ ਇਹ ਗੱਲ ਕਰਕੇ ਭੱਜ ਵੀ ਸਕਦੇ ਨੇ, ਅਤੇ ਬੇਲ ਦਾ ਜੋ ਹੈ ਪ੍ਰੋਵੀਜ਼ਨ ਉਹ ਇਸੇ ਕਰਕੇ ਹੈ, ਬਾਊਂਡ ਕੀਤਾ ਜਾਂਦਾ ਕਿ ਕੰਟਰੀ ਛੱਡ ਕੇ ਜਾਂ ਕਿਸੇ ਚੀਜ਼ ਕਰਕੇ ਬਾਹਰ ਨਾ ਜਾਣ, ਕਿਸੇ ਕੋਲੋਂ ਲੁਕਣ ਨਾ, ਅਤੇ ਨਾ ਲੁਕਣ। ਇਸ ਕਰਕੇ ਅੱਜ ਬੇਲ ਬਾਊਂਡ ਇਹਨਾਂ ਦੇ ਜਮ੍ਹਾਂ ਹੋ ਗਏ, ਇਹਨਾਂ ਦੇ ਜ਼ਮਾਨਤੀ ਉੱਥੇ ਆ ਗਏ। ਜ਼ਮਾਨਤੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਵੀ ਜੇ ਨਹੀਂ ਆਏ ਤਾਂ ਜ਼ਮਾਨਤੀ ਲੈ ਕੇ ਆਉਣਗੇ। ਅਗਲੀ ਸੁਣਵਾਈ ਅਬ ਇਸ ਕੇਸ ਮੇਂ ਕਦ ਹੋਗੀ? 5 ਫਰਵਰੀ ਦੀ ਨੈਕਸਟ ਡੇਟ ਆਫ ਹੇਅਰਿੰਗ ਹੈਗੀ ਹੈ, 2:30 ਵਜੇ। ਔਰ ਕਿ ਇਹਦੇ ਵਿੱਚ ਜਿਹੜੇ ਪ੍ਰਧਾਨ ਸਾਹਿਬ ਦੇ ਜ਼ਮਾਨਤੀ ਵੀ ਮੈਂਬਰ ਸਾਹਿਬ ਨੇ, ਭੁੱਲਰ ਸਾਹਿਬ ਉਹਨਾਂ ਦੇ ਜ਼ਮਾਨਤੀ ਨੇ, ਮੈਂ ਇਹ ਸਮਝਦਾ ਵਾਂ ਕਿ ਅੱਜ ਇਨਸਾਫ ਦੀ ਇੱਕ ਕਿਰਨ ਨਜ਼ਰ ਆਈ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਕੇਸ ਦਾ ਨਿਕਲ। ਮੈਂ ਸਮਝਦਾ ਹਾਂ ਸਰਦਾਰ ਮਨਜੀਤ ਸਿੰਘ ਜੀ ਕਿ ਜਿਸ ਤਰੀਕੇ ਦੇ ਨਾਲ ਤੜਫੋ ਮੱਛੀ ਹੋ ਰਹੇ ਨੇ ਪਿਛਲੇ 5 ਸਾਲਾਂ ਤੋਂ, 6 ਸਾਲਾਂ ਤੋਂ, ਜਿਸ ਤਰੀਕੇ ਦੇ ਨਾਲ ਹਰ ਹੀਲਾ ਕਰ ਰਹੇ ਨੇ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰਨ 'ਤੇ, ਅੱਜ ਕੋਰਟ ਦੇ ਵਿੱਚ ਜਿਹੜੀ ਗੱਲ ਹੋਈ ਹੈ, ਹੁਣ ਮੈਂ ਉਹਨਾਂ ਦੇ ਹੁਣ ਦੀ ਵੀਡੀਓ ਸੁਣ ਰਿਹਾ ਸੀ ਕਿ ਮੇਰੇ 'ਤੇ ਮੁਕੱਦਮਾ ਪਾਇਆ ਗਿਆ। ਅਰੇ ਬਾਈ, ਤੁਹਾਡੇ 'ਤੇ ਜਿਨ੍ਹਾਂ ਨੇ ਬੋਲਿਆ ਤੁਸੀਂ ਉਹਨਾਂ 'ਤੇ ਤਾਂ ਮਾਨਹਾਨੀ ਦੇ ਮੁਕੱਦਮੇ ਕੀਤੇ ਨਹੀਂ, ਉਹਨਾਂ ਲੋਕਾਂ ਨਾਲ ਤੁਸੀਂ ਸਾਂਝ ਪਾ ਕੇ ਬੈਠੇ ਹੋ। ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਤੁਹਾਨੂੰ ਸਰੇਆਮ ਗੋਲਕ ਦਾ ਚੋਰ ਕਿਹਾ, ਤੁਹਾਨੂੰ ਸਰਦਾਰ ਗੁਰਮੀਤ ਸਿੰਘ ਸ਼ੰਟੀ ਜਿਨ੍ਹਾਂ ਨੇ ਤੁਹਾਡੇ ਖਿਲਾਫ਼ ਮੁਕੱਦਮੇ ਪਾਏ, ਸਰਦਾਰ ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੇ ਤੁਹਾਡੇ ਖਿਲਾਫ਼ ਇਹ ਕਹਿੰਦੇ ਨੇ ਦੁਨੀਆ ਭਰ ਦੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ, ਤੁਸੀਂ ਉਹਨਾਂ ਦੇ ਖਿਲਾਫ਼ ਨਹੀਂ ਪਾਏ ਕਿਉਂਕਿ ਤੁਸੀਂ ਅੱਜ ਸਾਰੇ ਇਕਜੁੱਟ ਹੋ ਗਏ। ਮਗਰ ਸਾਡਾ ਕੰਮ, ਦਿੱਲੀ ਦੀ ਸੰਗਤ ਨੇ ਸਾਨੂੰ ਚੁਣ ਕੇ ਭੇਜਿਆ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਜਗ੍ਹਾ ਦੇ ਕਸਟੋਡੀਅਨ ਬਣ ਕੇ ਇਹਦਾ ਕੰਮ ਕਰੀਏ, ਔਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਵੀ ਗੁਰੂ ਘਰ ਦੇ ਦੁਖੀ ਨੇ ਉਹਨਾਂ ਨੂੰ ਐਕਸਪੋਜ਼ ਕਰਨਾ ਸਾਡਾ ਕੰਮ ਹੈ। ਇੱਕ ਛੋੜੋ, 10 ਮੁਕੱਦਮੇ ਪਾ ਲਓ ਡਿਫਰਮੇਸ਼ਨ ਦੇ, ਸਾਨੂੰ ਕੋਈ ਪਰਵਾਹ ਨਹੀਂ ਹੈ, 10 ਜਗ੍ਹਾ 'ਤੇ ਸਾਨੂੰ ਜ਼ਮਾਨਤਾਂ ਲੈਣੀਆਂ ਪੈਣ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਮਗਰ ਜਦੀ ਸੱਚਾਈ ਹੈ, ਜਦ ਸੰਗਤਾਂ ਦੇ ਸਾਹਮਣੇ ਆਏਗੀ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਇਹ ਕੋਰਟਾਂ ਦੀਆਂ ਖੇਡਾਂ ਦੇ ਵਿੱਚ ਹਰ ਕੋਰਟ ਦੀ ਤਰੀਕ ਤੋਂ ਬਾਅਦ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਨੀ, ਸ਼ਾਇਦ ਇਹ ਆਪ ਇਹਨੂੰ ਇੰਨੀ ਸ਼ਰਮਿੰਦਗੀ ਨਹੀਂ ਹੁੰਦੀ ਜਿੰਨੀ ਸਾਨੂੰ ਹੁੰਦੀ ਹੈ ਕਿ ਇੱਕ ਬੰਦਾ ਜਿਹਦੇ ਉੱਤੇ FIR ਹੋਈਆਂ ਹੋਣ। ਦਿੱਲੀ ਦੇ ਇਤਿਹਾਸ ਵਿੱਚ ਇਕੱਲਾ ਇੱਕ ਐਸਾ ਪ੍ਰਧਾਨ ਹੈ ਜਿਹਦੇ ਉੱਤੇ ਚੋਰੀ ਦੇ ਨਾਮ ਦੇ ਉੱਤੇ FIR ਹੋਈਆਂ, ਔਰ ਉਹ ਸਾਨੂੰ ਕਹਿ ਰਿਹਾ ਕਿ ਜੀ ਮੇਰੇ ਉੱਤੇ ਸ਼ੜਯੰਤਰ ਰਸਿਆ ਗਿਆ। ਅਰੇ ਬਈ, ਜਿਨ੍ਹਾਂ ਨੇ ਤੇਰੇ ਖਿਲਾਫ਼ FIR ਕਰਾਈਆਂ ਉਹਨਾਂ ਦਾ ਤੂੰ ਲਬੂਓ ਲਫ਼ਜ਼ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਤੇਰੀ ਚੂੜੀ ਟਾਈਟ ਕੀਤੀ ਹੋਈ ਹੈ। ਸੋ ਜੇ ਅਗਰ ਸੰਗਤਾਂ ਤੱਕ ਅਸੀਂ ਐਕਸਪੋਜ਼ ਕੀਤਾ ਇਸ ਬੰਦੇ ਨੂੰ, ਤਾਂ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਇਸ ਚੀਜ਼ ਦੀ ਕਿਸੇ ਤਰੀਕ ਦੀ ਤਕਲੀਫ਼ ਹੈ। ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਦੇ ਵਿੱਚ ਕਸੀੜਾਂਗੇ ਵੀ ਔਰ ਅੰਦਰ ਵੀ ਕਰਾਵਾਂਗੇ, ਕਿਉਂਕਿ ਜਿਹੜੀਆਂ FIR ਹੋਈਆਂ ਉਹ 'ਚੋਂ ਬਚ ਨਹੀਂ ਸਕਦਾ। ਬਈ, ਇਹ ਕੋਰਟ ਕਾ ਪ੍ਰੋਸੀਡਿੰਗ ਹੈ, ਇਸ ਮੈਂ ਇਹ ਸਾਰੇ ਕੰਮ ਕਰਨੇ ਪੜਤੇ ਹੈ ਜਬ ਤੁਹਾਰੇ ਖਿਲਾਫ਼ ਕੋਈ ਡੈਫੋਮੇਸ਼ਨ ਕਾ ਕੇਸ ਡਾਲੇ। ਇਹਦੇ ਵਿੱਚ ਇਹ ਨਹੀਂ ਹੈ ਕਿ ਜੀ ਅੱਜ ਜ਼ਮਾਨਤ ਮੈਂ ਲਈ ਕੋਈ ਮੈਂ ਕ੍ਰਿਮੀਨਲ ਹਾਂ, ਕਿ ਮੇਰੇ 'ਤੇ ਕੋਈ ਕੇਸ ਪਾਇਆ ਗਿਆ, ਕਿ ਮੈਂ ਕੋਈ ਗੁਰੂ ਘਰ ਦੀ ਗੋਲਕ ਲੁੱਟੀ ਹੈ ਜਾਂ ਮੈਂ ਚੋਰੀ ਕੀਤੀ ਹੈ। ਗੱਲ ਤਾਂ ਇਹ ਵੇ ਕਿ ਮੈਂ ਕਿਸ ਬੰਦੇ ਨੂੰ ਐਕਸਪੋਜ਼ ਕੀਤਾ ਸੰਗਤ ਦੇ ਅੱਗੇ, ਅੱਜ ਉਹ ਜੋ ਮਰਜ਼ੀ ਦਾਅ ਪੇਸ਼ ਕਰਕੇ ਗੱਲ ਕਰ ਲਵੇ ਜੀ ਕਿ ਮੇਰੇ ਖਿਲਾਫ਼ ਬੋਲਿਆ, ਬਿਲਕੁਲ ਬੋਲਿਆ, ਡਟ ਕੇ ਬੋਲਿਆ ਕਿ ਤੁਸੀਂ ਸੰਗਤ ਦਾ ਗੁਰੂ ਘਰ ਦਾ ਪੈਸਾ ਆਵੇ, ਆ ਮੈਂ ਨਹੀਂ ਬੋਲਿਆ, ਸਾਰੀ ਦੁਨੀਆਂ ਨੇ ਬੋਲਿਆ। ਔਰ ਜਿਹੜੀ ਗੱਲ ਹੈ ਕਰ ਰਿਹਾ, ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਮੈਨੂੰ ਲੱਗਦਾ ਕਿ ਸਾਰੇ ਚੈਨਲ ਜਿਹੜੇ ਤੁਹਾਡੇ ਹੈਗੇ ਆ ਇਹਨਾਂ ਸਾਰਿਆਂ ਨੇ ਇਹਨੂੰ ਐਕਸਪੋਜ਼ ਕੀਤਾ ਸੀ, ਸਰਦਾਰ ਗੁਰਮੀਤ ਸਿੰਘ ਸ਼ੰਟੀ ਦੇ ਉਹਦੇ ਉੱਤੇ, ਸਰਦਾਰ ਪਰਮਜੀਤ ਸਿੰਘ ਸਰਨਾ ਦੇ ਉੱਤੇ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਪੀਚਾਂ ਉੱਤੇ। ਅੱਜ ਉਹਨਾਂ ਦਾ ਨਾਮ ਕਿਉਂ ਨਹੀਂ ਲੈ ਰਿਹਾ? ਕਿਉਂਕਿ ਅੱਜ ਉਹਨਾਂ ਨਾਲ ਹੱਥ ਮਿਲਾ ਚੁੱਕਿਆ, ਇਹ ਕਿਸੇ ਤਰੀਕੇ ਚਾਹੁੰਦਾ ਕਿ ਅਸੀਂ ਵੀ ਇਹਦੇ ਨਾਲ ਹੱਥ ਮਿਲਾਈਏ ਔਰ ਇਹਦੀਆਂ ਜਿਹੜੀਆਂ ਗਲਤ ਕੰਮ ਹੋਏ ਨੇ ਅਸੀਂ ਉਹਨਾਂ ਦੇ ਵਿੱਚ ਇਹਦੇ ਨਾਲ ਭਾਗੀਦਾਰ ਬਣੀਏ। ਮਗਰ ਗੁਰੂ ਨੂੰ ਅਸੀਂ ਜਾਨ ਦੇਣੀ ਹੈ, ਗੁਰੂ ਨੂੰ ਮੂੰਹ ਦਿਖਾਉਣਾ, ਔਰ ਕਦੀ ਵੀ ਇਹੋ ਜਿਹੇ ਬੰਦੇ ਦੇ ਨਾਲ ਹੱਥ ਨਹੀਂ ਮਿਲਾਵਾਂਗੇ, ਸਾਂਝ ਨਹੀਂ ਕਰਾਂਗੇ ਜਿਹੜਾ ਗੁਰੂ ਘਰ ਦਾ ਦੁਖੀ ਹੋਏਗਾ।